ਪਹਿਲਾ ਗਿਰਾਂ ਹਯਾਤੀ ਹੋਵੀ ਬੱਚਾ ਜੀਵੀ, ਪਹਿਲਾ ਗਿਰਾਂ ਨਟੋਪਾ ਸ਼ਰੀਫ, ਦੂਜਾ ਗਿਰਾਂ ਬਬੂਦੀ ਸ਼ਰੀਫ, ਤੀਜਾ ਗਿਰਾਂ ਮਲੁਕਮਾਲਾ ਸ਼ਰੀਫ, ਚੌਥਾ ਗਿਰਾਂ ਸ਼ੀਨਕਾ ਸ਼ਰੀਫ। ਹਜ਼ਰਤ ਨੇ ਪੁੱਛਿਆ ਕਿ ਇਹਨਾਂ ਚੌਥਾਂ ਤੋਂ ਇਲਾਵਾ ਤੁਸਾਂ ਪੰਜਵਾਂ ਕਿਉਂ ਨਹੀਂ ਕੀਤਾ? ਆ ਈਮਾਨ ਵਾਲਿਆ, ਮੈਂ ਅੱਜ ਦੱਸਾਂ ਮੈਂ ਪੰਜਵਾਂ ਕਿਉਂ ਨਹੀਂ ਕੀਤਾ। ਵੱਲ ਮੈਂ ਚਲਾ ਗਿਆ ਹਮੀਦੇ ਦੇ ਵਿੱਚ, ਮੈਂ ਜਾ ਕੇ ਆਖਿਆ ਹਾਜੀ ਸਾਹਿਬ ਅਸਲਾਮ ਵਾਲੇਕੁਮ ਵਰਹਮਤੁੱਲਾ ਵਬਰਕਾਤੁ। ਹਾਜੀ ਸਾਹਿਬ ਨੇ ਗੁੰਮਣੇ ਦਾ ਮਟਕਾ ਹਲਾ ਕੇ ਇੰਜ ਕੀਤਾ, ਸਲਾਮ ਦਾ ਜਵਾਬ ਅਮੀਂਦੇ ਜਹਜੂ ਦੇਣੇ ਨੇ। ਫਰਮਾਇਆ ਮੈਂ ਗਿਰਾਂ ਹੀ ਛੋੜ ਦਿੱਤਾ ਹੈ, ਆ ਜ਼ਰਾ ਜਾ ਕੇ ਨਟੋਪਾ ਆਸ਼ਕਾਂ ਦਾ ਗਿਰਾਂ ਜਾ ਕੇ ਵੇਖ। ਵੱਲ ਤੂੰ ਨਟੋਪੇ ਦੇ ਗਿਰਾਂ ਚੋ ਲਗਸੇ ਤੇ ਤੂੰ ਜਾਗਸੇ ਜੀ ਅਸਲਾਮ ਵਾਲੇਕੁਮ, ਤੇ ਛਾਤੀ ਦੇ ਕੇ ਮਿਲ ਸੁਣ ਵਾਲਾ ਸੁਣ ਬਾਬਾ ਜੀ ਖੇਰੀ ਆਇਓ ਬਿਸਮਿਲਾ। ਉਹ ਕੱਲੇ ਬੱਚੇ ਪਏ ਪੁੱਛਦੇ ਨੇ ਖਿਡੌਣੇ ਨਵੇਂ ਕੋਈ ਨਹੀਂ ਆਏ, ਉਹ ਕੱਲੇ ਦੇ ਜ਼ਨਾਨੇ ਪਏ ਪੁੱਛਦੇ ਨੇ ਸਿਲਕੀਆਂ ਕਰੀਮਾਂ ਨਹੀਂ ਮੁੱਕੀਆਂ ਪਈਆਂ ਨਾਇਆਂ, ਉਹ ਕੱਲੇ ਨੇ ਬੱਚੇ ਪੁੱਛਦੇ ਨੇ ਪੈਂਪਰ ਖਤਮ ਹੋਏ ਨੇ, ਉਹ ਕੱਲੇ ਦੇ ਟੋਇਲਟ ਬਾਥਰੂਮ ਤੇ ਮਸਜਿਦ ਵਾਲੇ ਪੁੱਛਦੇ ਨੇ ਨੀਲ ਬਲੀਚ ਨਹੀਂ ਸੇਲਮੈਨ ਕਦੋਂ ਆਸੀ ਬੰਮੀਆਂ ਤੇਰਾ ਬੱਚਾ ਜੀਵੇ। ਮੈਂ ਇੰਪੋਰਟੈਂਟ ਅਟਾਲੀਅਨ ਜਾ ਕੇ ਵੇਚਦਾ, ਇੰਪੋਰਟੈਂਟ ਕਰੰਡੀਆਂ ਵੀ ਜਾ ਕੇ ਵੇਚ ਰਿਹਾ। ਅੱਗੇ ਜੀ ਵਜਦਾ ਦਰਜੀ ਬੜਾ ਸਿਆਣਾ ਹੈ, ਉਹ ਕੁਰਬਾਨ ਜਾਵਾਂ ਇੱਕੇ ਜਿਹਾ ਵੱਡਾ ਸਿਆਣਾ ਹੈ। ਮੈਂ ਜਾ ਕੇ ਜਦੋਂ ਅਟਾਲੀਅਨ ਦਾ ਸੂਟ ਰੱਖਾ ਹੈ, ਹਮਾਯੂ ਖਾਨ ਪੁੱਛਿਆ ਬੱਚਾ ਜੀ ਵੀ ਕਿੰਨਾ ਰੇਟ ਹੈ? 1300 ਮੇਰੀ ਖਰੀਦ ਤੇ ਮੈਂ 1600 ਮੰਗਿਆ, ਦਰਜੀ ਆਖਾ 1500 ਤੋਂ ਉੱਤੇ ਮਹਿੰਗਾ ਹੈ। ਮੈਂ ਬਾਹਰ ਨਿਕਲ ਕੇ ਉਸ ਆਖਿਆ ਵਾ ਦਰਜੀ ਤੁਹਾਡਾ ਕੰਮ ਸਿਖਾਉਣ ਵਾਲੇ ਤੋਂ ਕੁਰਬਾਨ ਜਾਵਾਂ, ਮੇਰੇ ਤੇ ਕੀ ਗਿਲਾਈ ਹੋਲ ਸੇਲੇ। ਬੱਚਾ ਜੀ ਵੀ ਖਯਾਤੀ ਉਹ ਵੀ ਸਲੀਮਾ, ਤੇਰੀ ਜ਼ਿੰਦਗੀ ਹੋਵੇ ਰੱਬ ਤੇਰੀਆਂ ਦੇਤਾਂ ਖਾਮਜਾਂ ਬਰਕਤਾਂ ਤਾਂ ਫਰਮਾਉਣ। ਆ ਫਰਮਾਉਂਦੇ ਨੇ ਕਿ ਦੋ ਪੈਂਪਰ ਤੇ ਨੀਲ ਭਰੀ ਤੇ ਨਾਲੇ ਸ਼ੈਂਪੂ ਸਾਬਣ ਲਾਏ ਹੂ, ਉਹ ਗਰਮੀ ਸੀਜ਼ਨ ਹੁਣ ਮੱਛਰ ਸਫਰੇ ਮਾਂ, ਨਾਲੇ ਮੈਟਰੋ ਕੋਇਲ ਬਚਾਵੇ ਹੂ, ਮੋਟੀ ਨੇ 630 ਰੁਪਏ ਦਰਜਨ ਬੰਦਾ ਪਾਵਰ ਪਲੇਸ ਮੰਗਾਵੇ ਹੂ। ਆ ਈਮਾਨ ਵਾਲੇ ਅੱਜ ਦੀਆਂ ਗਰਮੀਆਂ ਜਾ ਕੇ ਵੇਖ, ਉਹ ਕੋਬਰਾ ਦਾ ਰੇਟ 295, ਫਾਈਟਰ ਦਾ ਰੇਟ 195, ਉਹ ਮੋਟੀਨ ਦਾ ਰੇਟ 200, 1885 ਦਾ ਰੇਟ 291 ਦਾ ਲਾ ਦੇ ਸਾਂ, 700 ਕਾਰਟੂਨ 4400 ਲਾ ਦੇ ਸਾਂ, ਫਰੈਸ਼ ਅਪ 4850 ਲਾ ਦੇ ਸਾਂ, 2420 ਤੋਂ ਤੁਹਾਨੂੰ 180 ਰੁਪਇਆ ਬਚਾ ਦੇ ਸਾਂ। ਫਰਮਾਇਆ ਲਿਆ ਕੁੱਤ ਦਾ ਰੇਟ 200, ਸ਼ਾਜੀ ਦਾ ਰੇਟ 180। ਮੈਂ ਕੁਰਬਾਨ ਜਾਵਾਂ ਜੀ ਦੁਨੀਆਂ ਦੇ ਵਿੱਚ ਕਰ ਬੜੀਆਂ ਬੜੀਆਂ ਤਬੀਤਾਂ ਨਾਲ, ਅੱਜ ਮੇਰਾ ਮੂਡ ਫਰੈਸ਼ ਹੋ ਗਿਆ ਜੀ। ਮੈਂ ਮਲੁਕਮਾਲੇ ਚੋਂ ਮੁੜ ਕੇ ਆਇਆ ਜੀ, ਮੈਂ ਬਬੂਦੀਆਂ ਚੋਂ ਮੁੜ ਕੇ ਆਇਆ ਜੀ। ਮੈਂ ਬਬੂਦੀ ਅਤੇ ਮਲੁਕਮਾਲੇ ਦੇ ਵਿੱਚ ਅੱਜ 100 ਕਾਰਟੂਨ ਦਾ ਆਰਡਰ ਚਾਹ ਕੇ ਦਈ, ਉਹ ਟੂਟੀ ਫਰੂਟੀ ਜੂਸ ਦੇ ਅੰਦਰ ਜਿਹੜਾ ਤੇਰਾ ਬੱਚਾ ਜੀ ਦੀ ਹਯਾਤੀ ਹੋਵੇ। ਹਫੀਜ਼ੁਰ ਰਹਿਮਾਨ, ਮੁਜੀਬੁਰ ਰਹਿਮਾਨ ਦੇ ਜਿਤਨੇ ਵੱਡੇ ਨੇ ਮੁਸਲਮਾਨ, ਕੋਈ ਖਫਾ ਨੇ ਅਤੇ ਕੋਈ ਪਰੇਸ਼ਾਨ, ਮੈਂ ਮੱਲੇ ਮੰਜਾਈਆਂ ਦਮਾਨ, ਮਾਂ ਤਾਂ ਲੋੜ ਹੈ ਆਪਣਾ ਨਭਾਉਣਾ, ਲੋੜ ਨੁਕਸਾਨ। ਉਹ ਕੁਰਬਾਨ ਜਾਵਾਂ ਜੀ ਹਰ ਇੱਕ ਚੰਗਾ ਈਮਾਨ ਵਾਲਾ ਇਨਸਾਨ, ਅੱਲਾਹ ਹਯਾਤੀ ਕਰੇ ਤੇਰੀ। ਜਦੋਂ ਮੈਂ ਪੈਂਪਰਾਂ ਦਾ ਆਰਡਰ ਕਿੰਨਾ ਦਵਾ ਲੱਗਦੇ ਨੇ ਸ਼ਾਹ ਜੀ, ਪੈਂਪਰ ਲੀਕ ਦੀ ਵੈਂਦਾ ਹੈ, ਉਹ ਬੱਚਾ ਜੀ ਵੀ ਲੀਕ ਕਿਉਂ ਨੱਥੇ ਵੇ? ਗਿਬਸ ਦੀਆਂ ਕੈਂਡੀਆਂ 70 ਰੁਪੀਸ ਚੋਂ 50 ਖਾਲੀ ਨਿਕਲਣੀ। ਅਖੀ ਜੀ ਸ਼ਾਹ ਜੀ ਹੋਲਸੇਲ ਕਾਸਮੈਟਿਕਸ, ਉਹ ਮੈਨੂੰ ਸਵੀਟ ਵਾਲੇ ਦਿੰਦੇ ਨੇ ਬਾਜ਼ ਦਾ ਪਾਪੜ 400 ਦਿੰਦੇ ਨੇ, ਅਖੇ 420 ਦੁਕਾਨਦਾਰਾਂ ਨੂੰ ਦੇ, ਜਾਂ ਮੈਂ ਏਜੰਸੀ ਤੋਂ ਮਾਲ ਆਉਂਦਾ ਜੀ, ਮੈਂ 400 ਦੁਕਾਨਦਾਰਾਂ ਨੂੰ ਦੇਣਾ ਅਤੇ 4 ਗਿਰਾਂ ਯਾਦ ਰੱਖੀ ਮੇਰਾ ਪਿੰਡ ਵੀ ਬਚ ਗਏ। ਦੁਆ ਦੇ ਦਾਂ ਪੀੜਾ ਬੱਚਾ ਜੀ ਵੀ ਦੋ ਨੰਬਰ ਜੀ ਮੇਰੇ ਮਾਲਿਆਂ ਕੋਲ ਪਿੰਡ ਵੀ ਅਜੇ ਇੰਪੋਰਟੈਂਟ ਹੀ ਹੈ। ਚਲੋ ਜੀ ਹੁਣ ਅਦਰੀ ਸਾਹਿਬ ਗਿਆ ਹਨ, ਨਹਾਇਤ ਹੀ ਕਾਬਿਲ ਕਦਰ ਵਾਜੂ ਬਲ ਇਹਤਰਾਮ ਜਨਾਬ ਕਿਬਲਾ ਮੁਹੰਮਦ ਸਲੀਮ ਸਾਹਿਬ, ਆਜ ਕੇ ਇਸ ਮਹਿਫਿਲ ਮਹਿਫਿਲ ਅਨਵਾਰਪੁਰ ਤਰਕੀਬ ਮੈਂ ਆਪਕੋ ਖਿਰਾਜ ਤਹਿਸੀਨ ਪੇਸ਼ ਕਰਤੇ ਹੈ ਕਿ ਆਪਨੇ ਇਤਨੀ ਅੱਛੀ ਮਹਿਫਿਲ ਕਾ ਇਨਕਨਾਤ ਕੀਆ। ਇਨਕਾਦ ਹੋਣਾ ਵੀ ਚਲੇ ਜੋ ਵੀ ਹੋਣਾ ਚਾਹੇ ਆਪ ਠੀਕ ਹੈ, ਆਪ ਰਿਕਾਰਡਿੰਗ ਕਰ ਲਿਆ। ਤੋ ਹਜ਼ਰਤ ਮੈਂ ਇਹ ਬਤਾ ਦੂੰ ਕਿ ਇਹ ਮਹਿਫਿਲ ਸਜਾਨਾ ਕੁਛ ਆਸਾਨ ਕੰਮ ਨਹੀਂ ਹੈ, ਕਿਉਂਕਿ ਮੇਰੇ ਉਸਤਾਦੀ ਮੁਕਰਮ ਫਰਮਾਤੇ ਹੈ ਕੇਲਾ ਦਮ ਚੋਲ ਪਕਾਣੇ ਵੇਲੇ ਤੇ ਗੱਲ ਕੁੱਥਿਆਂ ਤੇ ਮੁੱਕ ਜਾਵੇ ਹੂ, ਉਸ ਵੇਲੇ ਤੱਕ ਦਮ ਨਹੀਂ ਲੱਗਦਾ ਜਦੋਂ ਪਾਣੀ ਨਾ ਸੁੱਕ ਜਾਵੇ ਹੂ। ਉਹ ਬਾਲਾ ਬਲਵਾਣਾ ਛੇ ਸ਼ਾਹਪੁਰ ਪੂਰੇ ਮਲਕਾਂ ਤੇ ਹਜ਼ਰੋਂ ਪਹੁੰਚਾਵੇ ਹੂ,
ਉਹ ਕਲਮਾ ਦਰੂ ਅਜੇ ਮੁਕਿਆ ਕੋਈ ਨਹੀਂ ਤੇ ਹਰ ਕੋਈ ਸ਼ਾਹਪੁਰ ਵਿੱਚ ਪਾਵੇ ਮੈਂ ਪੁਰਮਾਨ ਜਾਵਾਂ ਇਹਦੀਆਂ ਮਹਿਫਲਾਂ ਕਰਾਉਣ ਵਾਲਿਆਂ ਤੋਂ ਆਪੇ ਸ਼ਾਹਪੁਰ ਪਿੱਛੇ ਰੱਖਾ ਕੇ ਦੇ ਧੂਈਆਂ ਮੂਈਆਂ ਅੱਗੇ ਲਾਉਣ ਵਾਲਿਆਂ ਤੋਂ ਪਰਾਇਆ ਕਦੇ ਗੋਸ਼ਟੇ ਵਾਲੇ ਆ ਗਏ ਨੇ ਮੁਰਗੀ ਵਾਲੇ ਆ ਗਏ ਤੇ ਅੱਖੀਆਂ ਥੱਲੇ ਕਰ ਸੁਣ ਜੇ ਕਦੇ ਬੱਕਰਾ ਸੱਟਿਆ ਤੇ ਵਾਤਾ ਗੁਰਬਾਲ ਪਾਈ ਬੜਾ ਖਰਾ ਬੰਦਾ ਸ਼ਾਹ ਜੋਣੇ ਅਗਲੇ ਸ਼ੇ ਛੋੜ ਦੇ ਬਸ ਜੀ ਅਜੇ ਨਹੀਂ ਕਾਫੀ ਗੱਲ ਬਣੋ ਨਾ ਥੋੜ੍ਹਾ ਜਿਹਾ ਅੱਜ ਮੈਂ ਮੂਹਰੇ ਚੰਦਾ।